सत श्रीकाल दोस्तों, स्वागत है। तुसी देख रहे हो द सिटी हेडलाइन। सानू दस दिए कि महानगर के लाइसेंसुदा ठेकेदारों वालों नोटिस जारी की गई थी 29 ते 30 तरीक नूं ठेके तोड़े जाणगे। तो तुसी देख सकते हो असी खड़े हाँ पखोवाल रोड के चौंक ते, ठेके जिहड़े टुटे हुए ने इन्हां दे तुहानू इक वार रेट दिखावांगे कि जिहड़े अज दे रेट ने ਉਹ ਇਹ ਕੀਬੋਰਡ ਤੇ ਲਗਾਏ ਗਏ ਨੇ। ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅੱਧੀ ਕੀਮਤਾਂ ਤੋਂ ਵੀ ਜ਼ਿਆਦਾ ਜਿਹੜੇ ਰੇਟ ਨੇ ਉਹ ਘੱਟ ਕੀਤੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਜਿਹੜਾ ਸਟਾਕ ਹੈ ਉਹ ਵੀ ਪੂਰਾ ਰੱਖਿਆ ਗਿਆ ਹੈ ਕਿ ਜਿਹੜੀ ਸ਼ਰਾਬ ਹੈ ਉਹ ਘੱਟ ਨਾ ਪੈ ਜਾ ਸਕੇ। ਕਿਹਾ ਜਾਂਦਾ ਹੈ ਕਿ ਜੇ ਅੱਜ ਸ਼ਰਾਬ ਜਿੰਨੀ ਵਿਕੇਗੀ ਉਸ ਤੋਂ ਬਾਅਦ ਜਿਹੜੀ ਪੁਰਾਣੀ ਦਾਰੂ ਹੈ ਉਹ ਨਹੀਂ ਵੇਚ ਸਕਦੇ, ਫਿਰ ਨਵੇਂ ਹੈ ਜਿਹੜੇ ਨਵਾਂ ਸਟਾਕ ਆਉਂਦਾ ਵਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਠੇਕੇਦਾਰਾਂ ਨੇ ਕਿਹਾ ਕਿ ਰਿਜ਼ਰਵ ਬਿਡ ਮਨੀ 5% ਘਟਾਉਣ ਦੇ ਬਾਵਜੂਦ ਪੰਜਾਬ ਵਿੱਚ ਕੁਝ ਸਮੂਹਾਂ ਨੂੰ ਵੇਚਿਆ ਨਹੀਂ ਜਾ ਸਕਿਆ। ਇਸ ਦੇ ਨਾਲ ਹੀ ਵਿਭਾਗ ਦਾ ਦਾਅਵਾ ਹੈ ਕਿ 28 ਜੂਨ ਨੂੰ ਪਟਿਆਲਾ ਜ਼ੋਨ ਵਿੱਚ ਸਿਰਫ 3 ਨਵੇਂ ਟੈਂਡਰ ਨਿਕਲੇ ਸਨ, ਜਦੋਂ ਕਿ ਮਹਾਨਗਰ ਵਿੱਚ 2 ਅਤੇ ਰੋਪੜ ਵਿੱਚ 1 ਗਰੁੱਪ ਟੈਂਡਰ ਆਇਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਟੈਂਡਰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਹਾਈ ਕੋਰਟ ਵਿੱਚ ਪਾਈ ਰਿਟ ਦੇ ਨਤੀਜੇ ਦਾ ਇੰਤਜ਼ਾਰ ਕਰਨਗੇ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਅਦਾਲਤ ਠੇਕੇਦਾਰਾਂ ਦੇ ਹੱਕ ਵਿੱਚ ਫੈਸਲਾ ਕਰੇਗੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਨੇ ਪਹਿਲਾਂ ਟੈਂਡਰ ਕੱਢੇ ਹਨ ਉਹਨਾਂ ਨੂੰ ਪ੍ਰਤੀ ਗਰੁੱਪ 2 ਕਰੋੜ ਦੇ ਕਰੀਬ ਦਾ ਨੁਕਸਾਨ ਹੋਵੇਗਾ, ਕਿਉਂਕਿ ਹੁਣ ਸਰਕਾਰ ਨੇ ਰਾਖਵੀ ਬੋਲੀ ਰਕਮ ਦੀ 5% ਘਟਾ ਦਿੱਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੀਂ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਲਿਆਈ ਜਾਂਦੀ ਹੈ। ਉਸ ਤੋਂ ਬਾਅਦ ਜਿਹੜੇ ਸ਼ਰਾਬ ਦੇ ਕਾਰੋਬਾਰੀ ਨੇ ਉਹਨਾਂ ਵਿੱਚ ਰੋਸ ਦੇਖਿਆ ਜਾਂਦਾ ਹੈ। ਉਹ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਨੇ ਉਸ ਤੋਂ ਖੁਸ਼ ਨਜ਼ਰ ਨਹੀਂ ਆਉਂਦੇ। ਉਸ ਦੇ ਖਿਲਾਫ ਇੱਕ ਹਾਈ ਕੋਰਟ ਹਰਿਆਣਾ ਐਂਡ ਪੰਜਾਬ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ, ਉਸ ਦੀ ਵੀ ਸੁਣਵਾਈ ਚੱਲ ਰਹੀ ਹੈ। ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜਿਹੜਾ ਫੈਸਲਾ ਹੋਏਗਾ ਉਹਨਾਂ ਦੇ ਹੱਕ ਦੇ ਵਿੱਚ ਆਏਗਾ। ਇਸ ਲਈ ਇਸ ਵਾਰ ਜਿਹੜੇ ਠੇਕੇਦਾਰ ਨੇ ਉਹ ਘੱਟ ਹੀ ਫੋਰਮ ਭਰ ਰਹੇ ਨੇ ਅਤੇ ਘੱਟ ਹੀ ਅੱਗੇ ਆ ਰਹੇ ਨੇ। ਉਹਨਾਂ ਨੂੰ ਉਮੀਦ ਹੈ ਕਿ ਜਦ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਏਗਾ ਉਦੋਂ ਉਹ ਠੇਕੇ ਦੇ ਲਈ ਅਪਲਾਈ ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੋਕ ਨੇ ਭੀੜ ਲਗਾਇਆ ਹੋਇਆ ਹੈ ਠੇਕੇ ਦੇ ਬਾਹਰ, ਜਿਹੜੇ ਅੱਜ ਭੀੜ ਲੱਗੇ ਹੋਏ ਨੇ ਅਤੇ ਅੱਜ ਜਿਹੜਾ ਵੀ ਪੁਰਾਣਾ ਸਟਾਕ ਹੈ ਉਹ ਅੱਜ ਵੇਚਣ ਦੀ ਲਾਸਟ ਮਿਤੀ ਸੀ। ਅੱਜ ਜਿੰਨਾ ਵੀ ਸ਼ਰਾਬ ਹੈ ਜਿਹੜੇ ਪੁਰਾਣੇ ਸ਼ਰਾਬ ਹੈ ਅਤੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਕਿ ਜਿਹੜਾ ਠੇਕੇ ਦੇ ਬਾਹਰ ਭੀੜ ਲੱਗੇ ਹੋਏ ਨੇ ਅਤੇ ਜਿਹੜੇ ਰੇਟ ਘੱਟ ਕਰਕੇ ਜਿਹੜੇ ਦਾਰੂ ਸ਼ਰਾਬ ਹੈ ਰੇਟ ਘੱਟ ਕਰਕੇ ਅਜੇ ਵੇਚੇ ਜਾ ਰਹੇ ਨੇ। ਤੁਹਾਡੇ ਏਰੀਏ ਦੇ ਵਿੱਚ ਕੀ ਰੇਟ ਮਿਲ ਰਹੇ ਨੇ, ਤੁਹਾਨੂੰ ਕਿੰਨੀ ਕੁ ਦਾਰੂ ਸਸਤੀ ਮਿਲ ਰਹੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸੋ। ਅਤੇ ਤੁਹਾਨੂੰ ਜਿਹੜੇ ਵੀ ਸ਼ਰਾਬ ਪੀਣ ਵਾਲੇ ਨੇ ਤੁਹਾਨੂੰ ਨਵੀਂ ਜਿਹੜੀ ਐਕਸਾਈਜ਼ ਪਾਲਿਸੀ ਹੈ, ਕਿਉਂਕਿ ਜਿਹੜੇ ਵੀ ਸ਼ਰਾਬ ਕਾਰੋਬਾਰੀ ਨੇ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਤੋਂ ਖੁਸ਼ ਨਹੀਂ ਹੈ, ਪਰ ਜਿਹੜੇ ਲੋਕ ਨੇ ਉਹ ਜੋ ਕਿਉਂਕਿ ਸ਼ਰਾਬ ਸਸਤੀ ਹੋ ਰਹੀ ਹੈ ਉਹ ਨਵੀਂ ਐਕਸਾਈਜ਼ ਪਾਲਿਸੀ ਤੋਂ ਬਹੁਤ ਜ਼ਿਆਦਾ ਖੁਸ਼ ਨੇ ਕਿ ਸ਼ਰਾਬ ਸਸਤੀ ਹੋ ਗਈ ਹੈ। ਤੁਹਾਨੂੰ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਹੈ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟਾਂ ਵਿੱਚ ਜਵਾਬ ਜ਼ਰੂਰ ਦਿਓ।